ਮੈਨੂੰ ਲੱਗਦਾ 5-7% ਲੋਕ ਹੋਣਗੇ ਜਿਹੜੇ ਆਪ ਸੋਚ ਸਕਦੇ ਆ ਕਿਸੇ ਵੀ ਸਮਾਜ ਦੇ 5% ਹਾਰਡਲੀ ਹੋਣਗੇ 7-8 ਤੱਕ ਜਦੋਂ ਸੋਚਣ ਲੱਪੈਂਦੇ ਆ ਨਾ ਤਾਂ ਇਨਕਲਾਬ ਵਾਲ ਦੀ ਸੰਭਾਵਨਾ ਬਣ ਜਾਂਦੀ ਹੈ ਘੱਟ ਵਿਕਸਿਤ ਕੌਮਾਂ ਵਿੱਚ ਤਾਂ 5% ਵੀ ਨਹੀਂ ਲੱਭਣੇ ਤੁਹਾਨੂੰ 2 ਜਾਂ 3% ਲੱਭਣੇ ਆ ਉਹ ਵੀ ਪਰਸੈਂਟੇਜ ਵੀ ਨਹੀਂ ਮੈਂ ਤਾਂ ਕਹਿੰਨਾ 500 'ਚ 2 ਹੋਣਗੇ 3 ਹੋਣਗੇ ਸ਼ਾਇਦ ਬਸ ਉਹਦੇ ਵਿੱਚੋਂ ਇੱਕ ਅੱਧਾ ਕਾਮਰੇਟ ਬਣ ਕੇ ਨਿਕਲ ਜਾਂਦਾ ਇੱਕ ਅੱਧਾ ਪੋਲੀਟਿਸ਼ੀਅਨ ਬਣ ਕੇ ਨਿਕਲ ਜਾਂਦਾ ਹੈ ਇੱਕ ਅੱਧਾ ਬੰਦਾ ਪੁਜਾਰੀ ਬਣ ਕੇ ਇਦਾਂ ਲੋਕਾਂ ਨੂੰ ਕੰਟਰੋਲ ਕਰਨ ਲੱਗ ਪੈਂਦਾ ਸਮਾਜ ਦੇ ਵਿੱਚ ਇਨਕਲਾਬ ਦੀ ਗੱਲ ਕ੍ਰਾਂਤੀ ਦੀ ਗੱਲ ਸੁਧਾਰ ਦੀ ਗੱਲ ਜ਼ਿੰਮੇਵਾਰੀ ਦੀ ਗੱਲ ਸਾਹਮਣੇ ਟੱਕਰਨ ਦੀ ਗੱਲ ਕੋਈ ਨਹੀਂ ਕਰ ਰਿਹਾ ਕਿਉਂਕਿ ਜਦੋਂ ਸਵਾਰਥ ਹੁੰਦਾ ਹੈ ਨਾ ਜਿਹੜੀਆਂ ਕੌਮਾਂ ਵਿਕਾਸ ਦੇ ਰਾਹ ਤੇ ਚੱਲ ਰਹੀਆਂ ਹੁੰਦੀਆਂ ਵਿਕਸਿਤ ਹੋ ਰਹੀਆਂ ਹੁੰਦੀਆਂ ਉੱਥੇ ਸਭ ਤੋਂ ਵੱਡੀ ਸਮੱਸਿਆ ਆਪਣੇ ਰੋਜ਼ ਦੇ ਰੋਜ਼ ਖਾਣੇ ਦੀ ਹੁੰਦੀ ਹੈ ਮਨੁੱਖੀ ਸੁਭਾਅ ਆ ਜਦੋਂ ਸਟਰਗਲ ਕਰਦਾ ਜਦੋਂ ਲੜਦਾ ਆ ਉਹ ਭੁੱਖ ਦੇ ਨਾਲ ਗਰੀਬੀ ਦੇ ਨਾਲ ਮਿਹਨਤ ਕਰਦਾ ਮਿਹਨਤ ਕਰਕੇ ਫਿਰ ਉਹਨੂੰ ਖਾਣ ਰੱਜਣ ਜੋਗਾ ਖਾਣ ਜੋਗਾ ਮਿਲ ਜਾਂਦਾ ਫਿਰ ਉਹਨੂੰ ਇਹਨਾਂ ਦਾ ਥੋੜਾ ਜਿਹਾ ਜੋੜ ਲਿਮਾ ਫੇਕਰ ਬਣ ਜਾਂਦਾ ਆ ਫਿਰ ਥੋੜਾ ਜਿਹਾ ਬੱਚਿਆਂ ਲਈ ਜੋੜ ਲਿਮਾ ਕਰਦਿਆਂ ਕਰਦਿਆਂ ਉਹਨੂੰ ਆਦਤ ਪੈ ਜਾਂਦੀ ਆ ਉਹਨੂੰ ਇਹ ਨਹੀਂ ਪਤਾ ਇਹ ਨਹੀਂ ਚੇਤਾ ਰਹਿੰਦਾ ਕਿ ਮੇਰੀ ਲਿਮਟ ਕੀ ਆ ਮੈਂ ਚਾਹਨਾ ਕੀਆ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਉਹਦੀ ਉੱਥੇ ਰਹਿ ਜਾਂਦੀ ਆ ਹੁਣ ਉਹ ਪੁਜਾਰੀ ਜਿਹਨੂੰ ਪਤਾ ਆ ਕਿ ਇਹ ਲੋਕਾਂ ਨੂੰ ਰੱਬ ਚਾਹੀਦਾ ਹੈ ਉਹ ਪੋਲੀਟਿਸ਼ੀਅਨ ਜਿਹਨੂੰ ਪਤਾ ਆ ਕਿ ਇਹਨਾਂ ਲੋਕਾਂ ਨੂੰ ਰੱਬ ਚਾਹੀਦਾ ਆ ਉਹ ਜਾਣਦਾ ਹੋਇਆ ਫੇ ਨਕਲੀ ਰੱਬ ਬਣਾ ਬਣਾ ਕੇ ਸੀ ਬ੍ਰਾਹਮਣ ਨੂੰ ਕਹਿੰਨੇ ਆ ਹਿੰਦੂ ਹਿੰਦੂ ਪੁਜਾਰੀ ਨੂੰ ਕਹਿੰਨੇ ਆ ਪੈਨੂੰ ਦੇਵਤੇ ਘੜ ਘੜ ਕੇ ਗੁਰਨਾਮ ਸਿੰਘ ਕਹਿੰਦਾ ਭਈ ਜਿਹੜੇ ਦਰਾਵੜਾਂ ਦੇ ਨਾਲ ਜਿਹੜੀਆਂ ਲੜਾਈਆਂ ਹੋਈਆਂ ਜਿਹੜੇ ਜਰਨੈਲ ਹੋਣਗੇ ਉਹਨਾਂ ਨੂੰ ਦੇਵਤੇ ਬਣਾ ਕੇ ਰੱਖ ਦਿੱਤਾ ਉਹਨੇ ਪਰ ਜਦੋਂ ਅੰਗਰੇਜ਼ ਜਾਂਦੇ ਆ ਉਹਨੇ ਕਿੰਨੇ ਸੰਤ ਸਾਡੇ ਦੇਖਦੇ ਆ ਦੇਖਦੇ ਆ ਰੱਬ ਆਪਣਾ ਕਿ ਪੇਸ਼ ਕਰ ਦਿੱਤੇ ਪੰਜਾਬ ਦੇ ਵਿੱਚ ਜਿਹੜੇ ਜੋਬ ਮਿਲਟਰੀ ਦੀ ਕਰਦੇ ਆ ਆਕੇ ਅਮਰਤ ਸੰਚਾਰ ਹੋਣ ਲੱਗਾ ਹੈ ਪ੍ਰਚਾਰ ਹੋਣ ਲੱਗਾ ਹੈ ਢੋਲ ਕੀ ਲਾ ਕੇ ਛਣੇ ਲਾ ਕੇ ਕੀਰਤਨ ਕਰਨ ਲੱਗੇ ਹੋਆ ਤੇ ਉੱਥੇ ਹਾਜ਼ਰੀ ਲੱਗ ਰਹੀ ਆ ਔਰ ਫਾਇਫ ਲਾਈ ਜਾ ਰਹੀ ਆ ਬੇ ਗੁਰੂ ਗੋਬਿੰਦ ਸਿੰਘ ਹਾਜ਼ਰੀ ਲੱਗਾ ਉਹ ਉਹਦੇ ਬਣਾਏ ਹੋਏ ਆ ਉਸ ਅੰਗਰੇਜ਼ ਦੇ ਪੈਦਾ ਕੀਤੇ ਹੋਏ ਆ। ਉਹ ਉਹਨਾਂ ਲੀਡਰਾਂ ਨੂੰ ਚੰਗੀ ਤਰ੍ਹਾਂ ਪਤਾ ਆ। ਨਹਿਰੂ, ਗਾਂਧੀ ਵਰਗੇ ਗਾਂਹ ਨਹਿਰੂ ਦੀ ਕੁੜੀ ਆ ਇੰਦਰਾ ਗਾਂਧੀ, ਗਾਂਹ ਉਹਦਾ ਮੁੰਡਾ ਆ ਸੰਜੀ ਗਾਂਧੀ। ਉਹ ਸਾਰੇ ਉਹਨਾਂ ਯੂਨੀਵਰਸਿਟੀਆਂ ਵਿੱਚੋਂ ਉਹਨਾਂ ਥਾਵਾਂ ਤੋਂ ਪੜ੍ਹ ਕੇ ਆਏ ਹੋਆ ਜਿੱਥੋਂ ਉਹ ਹਜ਼ਾਰਾਂ ਸਾਲਾਂ ਤੋਂ ਦੁਨੀਆ ਦੇ ਉੱਤੇ ਕੰਟਰੋਲ ਕਰਕੇ ਬੈਠਾ ਹੋਇਆ। ਕ੍ਰਿਸਚੀਅਨ, ਇਸਾਈ ਪੁਜਾਰੀ ਤੇ ਅੰਗਰੇਜ਼ ਲੋਕ ਜਿਹੜੇ ਆ ਉਹ ਉਹਨਾਂ ਦੇ ਬਰਾਬਰ ਦੀ ਨੀਤੀ ਜਾਣਦੇ ਆ। ਉਹਨਾਂ ਨੂੰ ਪਤਾ ਇਹਨਾਂ ਨੂੰ ਕੰਟਰੋਲ ਕਿੱਦਾਂ ਕਰਨਾ ਮੈਂ ਗੱਲ ਕਰਦਾ ਸੀ ਜੇ ਨਰਮਕਾਰੀ ਜਨਤਾ ਪਾਰਟੀ ਦੀ ਸਰਕਾਰ ਨੇ ਪੈਦਾ ਕੀਤੀ ਸੀ ਤੇ ਭਿੰਡਰਾਂਵਾਲਾ ਤੇ ਕਰਤਾਰ ਸਿੰਘ ਕਾਂਗਰਸ ਦੀ ਸ਼ਹਿ ਦੇ ਉੱਤੇ ਬਦੇ ਫੁੱਲੇ ਆ ਜੇ ਬਿਸ਼ਨੀਯੂ ਵਰਗੇ ਲੋ ਅਸੀਂ ਇਹ ਕਿੰਨੇ ਆ ਪਈ ਇਹਨਾਂ ਨੂੰ ਸ਼ਹਿ ਮਿਲਦੀ ਆ ਇਹਨਾਂ ਨੂੰ ਪੁਲਿਸ ਪ੍ਰੋਟੈਕਟ ਕਰਦੀ ਆ ਤੇ ਕਿੰਨੀ ਵਾਰ ਭਿੰਡਰਾਂਵਾਲੇ ਨੂੰ ਛਡਵਾਇਆ ਗਿਆ ਆ ਜੇ ਇਹਨਾਂ ਨੂੰ ਹਾਈਲਾਈਟ ਮੀਡੀਏ ਨੇ ਜੋ ਸਰਕਾਰ ਨੇ ਆਪ ਕੀਤਾ ਆ ਤੇ ਭਿੰਡਰਾਂ ਵਾਲੇ ਦੀਆਂ ਕਿੰਨੀਆਂ ਸਟੇਟਮੈਂਟਾਂ ਸੀ ਜਿਹਨੂੰ ਪਾਰਲੀਮੈਂਟ ਦੇ ਵਿੱਚ ਨਖਿੱਧ ਗੱਲਾਂ ਸੀ ਉਹ ਪਾਰਲੀਮੈਂਟ ਦੇ ਵਿੱਚ ਸਿਰਫ ਇਸ ਕਰਕੇ ਹੋਮ ਮਿਨਿਸਟਰ ਜਿਹੜਾ ਗ੍ਰਹਿ ਮੰਤਰੀ ਸੀ ਇਸ ਕਰਕੇ ਉਹ ਡਿਸਕਸ ਕਰਦਾ ਸੀ ਕਿ ਦੁਨੀਆ ਦੇ ਵਿੱਚ ਇੱਕ ਖਬਰ ਬਣ ਜਾਏ ਥੋੜਾ ਚਾਹੇ ਕਾਂਗਰਸ ਦਾ ਆਪਸੀ ਗਲੇਸ਼ਿਆ ਜਿਹੜਾ ਉਹਦੇ ਵਿੱਚ ਜਣੀ ਗੈਨੀ ਜੈਸੂ ਨਹੀਂ ਚਾਹੁੰਦਾ ਵੀ ਦਰਬਾਰਾ ਸਿੰਘ ਦਾ ਕੰਟਰੋਲ ਹੋਵੇ ਚਾਹੇ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਵੇਲੇ ਤੇ ਐਮਰਜੈਂਸੀ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀਆਂ ਨੇ ਆਪਣਾ ਕੱਠ ਦਿਖਾਇਆ ਤੇ ਪਹਿਲੀ ਵਾਰ ਜਨਤਾ ਪਾਰਟੀ ਦੀ ਸਹਾਇਤਾ ਦੇ ਨਾਲ ਉੱਤਖ ਦੇ ਵਿੱਚ ਆਈ ਆ ਉਹਨੂੰ ਹਮੇਸ਼ਾ ਲਈ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਇੰਦਰਾ ਗਾਂਧੀ ਨੇ ਇਹ ਚਾਲ ਖੇਡੀ ਸੀ ਪਿੰਡਾ ਵਾਲੇ ਵਾਲੀ ਉਹਦੇ ਵਿੱਚ ਮੋਰੇ ਗਿਆਨੀ ਯਰਸੂ ਸੀ ਜਿਹੜਾ ਆਪਣਾ ਦੋ ਕੰਮ ਕਰ ਰਿਹਾ ਸੀ ਇੱਕ ਪਾਸੇ ਇੰਦਰਾ ਗਾਂਧੀ ਨੂੰ ਖੁਸ਼ ਕਰ ਰਿਹਾ ਸੀ ਇੱਕ ਪਾਸੇ ਆਪਣੀ ਨਿੱਜੀ ਦੁਸ਼ਮਣੀ ਘੜ ਰਿਹਾ ਸੀ ਹੋਇਆ ਉੱਥੇ ਵੀ ਇਹੀ ਕੁਛ ਆ ਜੋ ਕੁਛ ਉਹਨੇ ਕੀਤਾ ਉਹ ਵੀ ਗੁੰਡਾਗਰਦੀ ਹੀ ਸੀ ਜੇ ਸੀ ਬਿਸ਼ਨੋਈ ਵਰਗੇ ਨੂੰ ਇਹ ਗੱਲ ਕਹਿੰਨੇ ਆ ਕਿ ਉਹ ਜੇਲ੍ਹ ਦੇ ਵਿੱਚੋਂ ਫੂਨਾ ਦੇ ਉੱਤੇ ਬੰਦੇ ਰੇਂਜ ਕਰ ਰਿਹਾ ਆ ਤੇ ਫਰੋਟੀਆਂ ਲੈ ਰਿਹਾ ਆ ਪੈਸੇ ਲੈ ਰਿਹਾ ਆ ਜਿਹੜੇ ਗੈਂਗਸਟਰ ਜਿਸ ਬੰਦੇ ਨੂੰ ਮਾਰਦੇ ਆ ਚਾਹੇ ਸੰਦੀਪ ਦਾ ਕਤਲ ਹੋਇਆ ਚਾਹੇ ਮੁੱਸੇ ਵਾਲੇ ਦਾ ਹੋਇਆ ਉਹ ਸਾਫ਼ ਜਦੋਂ ਫੜੇ ਜਾਂਦੇ ਆ ਕਹਿ ਦਿੰਦੇ ਹੁਣ ਗੋਲਡੀ ਬਰਾੜ ਕਹਿ ਰਿਹਾ ਕਿ ਮੇਰੇ ਭਰਾ ਦਾ ਕਤਲ ਕੀਤਾ ਇਹਨਾਂ ਨੇ ਤੁਸੀਂ ਬੰਬਈ ਆ ਕੇ ਵੱਡੇ ਥਾਵਾਂ ਤੇ ਦੇਖ ਲਓ ਕਹਿੰਦੇ ਪੈਸੇ ਮੰਗੇ ਸੀ ਨਹੀਂ ਦਿੰਦਾ ਧੋ ਕਰੋੜ ਮੰਗਿਆ ਸੀ ਅਸੀਂ ਇਹਦੇ ਕੋਲੋਂ ਇਹਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸਾਡਾ ਬੰਦਾ ਮਾਰਿਆ ਗਿਆ ਪਰ ਜਿਹੜੇ ਢੰਗਰਾਂ ਵਾਲੇ ਨੇ ਕਤਲ ਕਰਾਇਆ ਜਦੋਂ ਉਹ ਕਹਿੰਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਿਹੜਾ ਐਦਾਂ ਕਰਦਾ ਉਹਨੂੰ ਸੁੱਧਾ ਲਾ ਕੇ ਗੱਡੀ ਚੜ੍ਹ ਕੇ ਮੇਰੇ ਕੋਲ ਆ ਜਾਓ ਬਿਸ਼ਨੂ ਜੀ ਨੂੰ ਤਾਂ ਅਸੀਂ ਕਹਿੰਨੇ ਆਂ ਕਿ ਤਿਹਾਰ ਜੇਲ੍ਹ ਵਿੱਚ ਸੁਰੱਖਿਆ ਸਰਕਾਰ ਦੀ ਦੇ ਵਿੱਚ ਬੈਠਾ ਆ ਉੱਥੇ ਬੰਨ ਨਹੀਂ ਦਿੰਦੇ ਦਰਬਾਰ ਸਾਹਿਬ ਜਦੋਂ ਡੀਆਈਜੀ ਅਕਵਾਲ ਦਾ ਕਤਲ ਹੋਇਆ ਉਹਦੀ ਬਾਡੀ 5 6 ਘੰਟੇ ਉੱਥੇ ਪਈ ਰਹੀ ਪੁਲਿਸ ਹਿੰਮਤ ਨਹੀਂ ਕਰ ਸਕੀ ਅੰਦਰ ਜਾ ਕੇ ਬਾਡੀ ਚੱਕ ਲਵੇ ਉਹ ਕਿਹੜੀ ਜੇਲ੍ਹ ਸੀ ਕਿਹੜੀ ਸਰਕਾਰ ਨੇ ਉੱਥੇ ਅਲੇਦ ਵਾਲੇ ਬੋਡੀਗਾਰਡ ਖੜੇ ਕੀਤੇ ਹੋਏ ਸੀ ਕੀ ਪੁਲਿਸ ਦੇ ਵਿੱਚ ਹਿੰਮਤ ਸੀ ਜਦੋਂ ਬਰਨਾਲੇ ਨੇ 88 ਵਿੱਚ ਬਲੈਕ ਥੰਡਰ ਕੀਤਾ ਕੀ 84 ਤੋਂ ਪਹਿਲਾਂ ਭਿੰਡਰਾਲੇ ਦੇ ਸਾਮ ਟਾਈਮ ਪੁਲਿਸ ਦੇ ਵਿੱਚ ਹਿੰਮਤ ਸੀ ਕਿ ਟੈਂਕਲ ਚੜ੍ਹਨ ਤੋਂ ਬਿਨਾਂ ਤੋਪਾਂ ਲਾਉਣ ਤੋਂ ਬਿਨਾਂ ਇਸ ਤਰੀਕੇ ਨਾਲ ਬੰਬਾਰਡਮੈਂਟ ਕਰਨ ਤੋਂ ਬਿਨਾਂ ਇੰਦਾ ਜਾਣ ਸਿੱਧੇ ਤੇ ਜਾ ਕੇ ਉੱਥੇ ਘੇਣ ਤੇ ਤਲਾਸ਼ੀ ਲੈਣੀ ਆ ਸੀ ਇੱਥੇ ਇੱਕ ਬੰਦਾ ਆਇਆ ਕਤਲ ਕਰਕੇ ਆਇਆ ਅਸੀਂ ਫੜਨਾ ਡੀਆਈਜੀ ਅਟਵਾਰ ਦਾ ਕਾਤਲ ਫੜਿਆ ਸੀ ਜਾ ਕੇ ਪੁਲਿਸ ਨੇ ਸਗੀ ਹਿੰਮਤ ਕਿਹਦੀ ਸ਼ੈਦ ਨਾਲ ਹੋ ਰਿਆ ਸੀ ਇਹੋ ਅਸੀਂ ਕਿੰਨਾ ਚਿਰ ਅੱਖਾਂ ਮੀਟ ਕੇ ਇਸ ਧਰਮ ਦੇ ਨਾਂ ਤੇ ਐਦਾਂ ਦਾੜੀ ਕੇਸ ਰੱਖ ਕੇ ਕਿਰਪਾਨ ਪਾ ਕੇ ਐਦਾਂ ਪੱਗ ਬੰਨ ਕੇ ਅਕਾਰ ਪਾ ਕੇ ਆਪਣੇ ਨਾਂ ਨਾਲ ਸਿੰਘ ਗੁਰੂ ਸਾਹਿਬ ਦੇ ਪੁੱਤਰ ਕਹਿ ਕੇ ਕਿੰਨਾ ਚਿਰ ਦਲੇਰ ਕੋਰ ਵਰਗੀਆਂ ਛਰੇਆਂ ਮੇ ਤਾਂ ਧਮਕੀਆਂ ਦਿੰਦਿਆਂ ਰਹਿਣਗੇ ਐ ਖੋਰ ਪਤਨੀਓ ਸੰਗਦਿਲ ਦਾ ਗਾਣਾ ਗਾਇਆ ਆ ਉਹ ਉਹ ਲੱਗੀਓ ਕਹਿਣੋ ਤਿੰਦੀ ਮੈਨੂੰ ਭਿੰਡਰਾਂ ਵਾਲੀ ਵਰਗਾ ਵਰ ਚਾਹੀਦਾ ਅਸੀਂ ਬੱਚਿਆਂ ਨੂੰ ਕਦੋਂ ਸਮਝਾਵਾਂਗੇ ਕਿ ਇਹ ਗੁੰਡਾਗਰਤੀ ਆ ਇਹਦੇ ਨਾਲ ਜੀਵਨ ਨਹੀਂ ਜੀਆ ਜਾ ਸਕਦਾ ਪ੍ਰੈਕਟੀਕਲਟੀ ਬਹੁਤ ਭੈੜੀ ਆ ਵਿਹਾਰਕ ਪੱਖ ਜਦੋਂ ਸਾਹਮਣੇ ਆਉਣਾ ਉਦੋਂ ਗੁਜ਼ਾਰਾ ਨਹੀਂ ਹੋਣਾ ਸਾਡਾ ਕੁਰੂ ਸਭ ਕਿਤੇ ਵੀ ਇਦਾਂ ਨਹੀਂ ਕਹਿ ਕੇ ਗਏ ਸੀ ਕਿਤੇ ਵੀ ਇਦਾਂ ਹਥਿਆਰ ਹਰੇਕ ਵਾਰੀ ਡਿਫੈਂਸ ਦੇ ਵਿੱਚ ਆਪਾਂ ਉਦਣ ਦੀ ਗੱਲ ਕਰਦੇ ਸੀ ਵੀ ਜਿਹਨੂੰ ਜਿੱਥੇ ਕਿਹਾ ਨਾ ਕਿ ਨਾ ਕੋਈ ਵੈਰੀ ਨਾ ਕੋਈ ਵਿਗਾਨਾ ਉਹ ਵੈਰੀ ਦੇ ਅਰਥ ਜਿਹੜੇ ਆ ਵੈਰ ਮਤਲਬ ਇਹ ਆ ਕਿ ਬਦਲੇ ਦੀ ਭਾਵਨਾ ਡਿਕਟੇਟਰਸ਼ਿਪ ਦੇ ਵਿੱਚ ਵੀ ਉਹਨਾਂ ਨੇ ਬਦਲੇ ਦੀ ਭਾਵਨਾ ਦੇ ਨਾਲ ਕੋਈ ਐਸਾ ਕਾਰਜ ਨਹੀਂ ਕੀਤਾ ਜੇ ਅੱਜ ਮੂਸੇ ਵਾਲੇ ਦਾ ਕਤਲ ਹੋਇਆ ਕਿੰਨੇ ਬੰਦੇ ਫਿਚਕੜੀ ਸੋ ਰਹੀ ਹੈ ਹਾਲਾਂਕਿ ਅਸੀਂ ਕਹਿੰਦੇ ਵੀ ਸਰਕਾਰ ਆਮਦਾਰ ਨਹੀਂ ਹੈਗੀ ਜਿੱਦਣ ਇਮਾਨਦਾਰ ਬੰਦਾ ਬਹਿ ਗਿਆ ਜਿੱਦਣ ਇਮਾਨਦਾਰ ਬੰਦਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣ ਕੇ ਬਹਿ ਗਿਆ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇੰਡੀਆ ਦੇ ਵਿੱਚ ਪੁਲਿਸ ਦੇ ਕੋਲ ਨਹੀਂ ਹੈਗੀ ਜਿਹਦੇ ਨਾਲ ਉਹ ਫੜ ਨਾ ਸਕਣਗੇ ਬੰਦੇ ਜਿੰਨੇ ਮੁਖਬਰ ਇੰਡੀਆ ਦੇ ਵਿੱਚ ਮਿਲ ਜਾਣੇ ਆ ਉਹਨੇ ਬਾਹਰਲੇ ਮੁਲਕਾਂ 'ਚ ਕਿੱਥੇ ਮਿਲਦੇ ਆ ਸਾਡੇ ਬਦਬਖਤ ਤਾਂ ਇਹਨਾਂ ਮੁਲਕਾਂ 'ਚ ਆ ਕੇ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਫੜਿਆ ਜਾਂਦਾ ਨਾ ਤੇ ਅੰਦਾਜ਼ੇ ਇਹ ਲਾਉਂਦੇ ਬੈਠ ਕੇ ਇਦਾਂ ਜਿਹੜੇ ਪੜ੍ਹੇ ਲਿਖੇ ਆ ਡਿਗਰੀਆਂ ਵਾਲੇ ਮੈਨੇਜਰਾਂ ਦੀ ਜੌਬ ਦੇ ਉੱਤੇ ਬੈਠੇ ਹੋਏ ਇਦਾਂ ਬੈਠ ਕੇ ਆਪਸ ਵਿੱਚ ਜਦੋਂ ਗੱਲਾਂ ਕਰਦੇ ਆ ਇਹ ਪਤਾ ਕਿੱਦਾਂ ਲੱਗਾ ਹੋਊਗਾ ਕਿ ਇਹ ਬੰਦਿਆਂ ਨੇ ਅਟੈਕ ਕੀਤਾ ਇਹ ਪੁਲਿਸ ਨੂੰ ਕਿੰਨਾ ਦਿੰਦਾ ਨਹੀਂ ਫੜ ਕਿੰਦਾ ਲੈ ਚੋਂ ਹਫ਼ਤਿਆਂ ਜੀ ਫੜ ਲੈ ਬੰਦੇ ਅੱਛਾ ਨਿਆਣਿਆਂ ਨੇ ਗੱਲ ਕਰ ਦਿੱਤੀ ਫਿਰ ਸਕੂਲੇ ਜਾ ਕੇ। ਅੱਛਾ ਬਈ ਗੱਲ ਸੁਣੋ ਸਾਰੇ ਜਣੇ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਕਰ ਨਿਆਣਿਆਂ ਦੇ ਸਾਹਮਣੇ ਨਾ ਕਰਿਆ ਕਰੋ। ਇਹ ਨਿਆਣੇ ਫੇਰ ਸਕੂਲ ਦਾਸ ਦੇਂਦੇ ਜਾ ਕੇ ਸਕੂਲੋਂ ਫੇਰ ਟੀਚਰਾਂ ਨੂੰ ਪਤਾ ਲੱਗ ਜਾਂਦਾ। ਟੀਚਰਾਂ ਤੋਂ ਫੇਰ ਉਹ ਟੀਚਰਾਂ ਨੇ ਪੁਲਿਸ ਨੂੰ ਦੱਸ ਦਿੱਤਾ ਹੁਣ। ਵੀ ਨਹੀਂ ਤਾਂ ਉਦੋਂ ਹੋਰ ਕਿੱਦਾਂ ਪਤਾ ਲੱਗਿਆ ਪਈ 6 ਬੰਦੇ ਸੀ ਇਹ। ਯਾਨੀ ਇਦਾਂ ਦਾ ਇਦਾਂ ਦਾ ਦਿਮਾਗ ਜਿਨ ਪੱਗ ਬੰਨ ਕੇ ਨਾ ਔਰ ਬਦਬਖਤੀ ਪਤਾ ਕੀ ਆ ਸਾਡੀ। ਮੈਂ ਕਹਿੰਨਾ ਬੁਰਦੀ ਗਲਤੀ ਸਾਡੀ ਇਹ ਨਹੀਂ ਹੈ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਜੁੜ ਕੇ ਗਲਤੀਆਂ ਕਰ ਰਹੇ ਹਾਂ ਪ੍ਰਥੀ ਚੰਦ ਨੇ ਵੀ ਕੀਤੀ ਆ ਸ਼੍ਰੀ ਚੰਦ ਨੇ ਵੀ ਕੀਤੀ ਆ ਮਸੰਦਾਂ ਦਾ ਨਾਲ ਆ ਰਹੇ ਸੀ ਦਰ ਸਕਦਾ ਬੰਦਾ ਕੋਈ ਗਦਾਰੀ ਕਰ ਉਹ ਉਹ ਮੈਂ ਕਹਿੰਨਾ ਉਹ ਐਡਾ ਵੱਡਾ ਗੁਨਾਹ ਨਹੀਂ ਹੈ ਪ੍ਰੋਬਲਮ ਇਹ ਆ ਅਸੀਂ ਬਦਬਖਤ ਹੋ ਕੇ ਅਸੀਂ ਗੁਨਾਹਗਾਰ ਹੋ ਕੇ ਗਦਾਰ ਹੋ ਕੇ ਸਭ ਕੁਝ ਕਰਦੇ ਹੋਏ ਫਿਰ ਇੱਕਦਮ ਆਪਣੇ ਆਪ ਨੂੰ ਸੱਚਾ ਦਿਖਾਉਣ ਲਈ ਇਦਾਂ ਕਕਾਰ ਪਾ ਕੇ ਗੁਰੂ ਦੇ ਨਾਮ ਨਾਲ ਜੋੜ ਲੈਨੇ ਆ ਔਰ ਆਪਣੀਆਂ ਸਾਰੀਆਂ ਗਲਤੀਆਂ ਦਾ ਭਾਂਡਾ ਗੁਰੂ ਸਾਹਿਬ ਦੇ ਨਾਮ ਨਾਲ ਭੰਦਿਆਂ ਕਿ ਅਸੀਂ ਪੁੱਤਰਿਆਂ ਗੁਰੂ ਸਾਹਿਬ ਦੇ ਜਿਹੜੇ ਚੋਰ 80 90 ਚੋਰ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਲਗਾਏ ਸੀ ਉਹ ਇਹੀ ਕਹਿੰਦੇ ਸੀ ਕਿ ਅਸੀਂ ਅਸਲ ਪੁੱਤਰਿਆਂ ਗੁਰੂ ਸਾਹਿਬ ਦੇ ਤੁਸੀਂ ਮਿਲੀਅਨਾਂ ਦੇ ਕੱਪੜੇ ਕਰ ਜਾਓ ਤੁਸੀਂ ਗੁਰਦੁਆਰੇ ਖਾ ਜਾਓ ਗੁਰਦੁਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਾਸੀਆਂ ਦੀਆਂ ਕੁੜੀਆਂ ਨਾਲ ਚਾਚਿਆਂ ਦੀਆਂ ਕੁੜੀਆਂ ਨਾਲ ਰਿਸ਼ਤੇਦਾਰਾਂ ਦੀਆਂ ਕੁੜੀਆਂ ਨਾਲ ਵਿਆਹ ਕਰ ਕਰਕੇ ਨਕਲੀ ਵਿਆਹ ਕਰ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਰੈਜ਼ਿਡੈਂਸੀ ਲੈ ਲਮੂ ਆਈਆਰਡੀ ਦੇ ਕੱਪੜੇ ਸੋਸ਼ਲ ਵੈਲਫੇਅਰ ਦੇ ਕੱਪੜੇ ਜਾਲੀ ਡਿਵੋਰਸ ਕਰਕੇ ਸੋਲਮਨ ਬੱਚਿਆਂ ਦੇ ਪੈਸੇ ਲੈਣ ਦੇ ਕੱਪੜੇ ਪਤਾ ਨਹੀਂ ਕਿੰਨਾ ਕੁਸ਼ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਰਾਹੀਂ ਤੁਸੀਂ ਫਿਰ ਵੀ ਗੁਰੂ ਦੇ ਪੁੱਤਰ ਦਾਦਾ ਕਿਉਂਕਿ ਆਮ ਬੰਦਾ ਮੈਜੋਰਟੀ ਜਿਹੜੀ ਮੈਂ ਕਹਿੰਨਾ ਪੰਜ ਸੌ ਚ ਸ਼ਾਇਦ ਦੋ ਤਿੰਨ ਬੰਦੇ ਹੋਣ ਬਾਕੀ ਜਿਹੜੇ 497 ਉਹਨਾਂ ਨੂੰ ਰੱਬ ਚਾਹੀਦਾ ਕੋਈ ਨਾ ਡਰੇ ਹੋਏ ਅੰਦਰੋਂ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਜੇ ਇਹਨੇ ਜੋਗੇ ਹੁੰਦੇ ਅਸੀਂ ਤਾਂ ਸ਼ਾਇਦ ਇੱਕ ਇੱਕ ਪੀੜੀ ਤੋਂ ਬਾਅਦ ਹਰੇਕ 5-7 ਸਾਲ ਤੋਂ ਬਾਅਦ ਸਾਡੀ ਹਾਲਤ ਬਦਲਦੀ ਅਸੀਂ ਦੇਖ ਸਕਦੇ ਪਏ ਅੱਜ ਵੀ ਜਾਨੀ ਕੋਈ ਬੰਦਾ ਇਮਾਨਦਾਰੀ ਨਾਲ ਸੋਚ ਕੇ ਦੇਖੇ ਪੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਇਹ ਗੱਲ ਕਹਿਣੀ ਕਿ ਸਾਡੇ ਦੋ ਸ਼ਹੀਦ ਹੋਏ ਆ ਤੇ ਕੌਮ ਨੂੰ ਫਾਇਦਾ ਬਹੁਤ ਹੋਇਆ ਇਹ ਤੋਂ ਵੱਡੀ ਲਾਹਣਤ ਵਾਲੀ ਖਬਰ ਕੋ ਹੋ ਸਕਦੀ ਹੈ ਕਿ ਸਾਡੇ ਲੀਡਰ ਇਹ ਸੋਚਣ ਦੀਪ ਸਿੱਧੂ ਜੋ ਮਰਜੀ ਸੀਗਾ ਸਗਾ ਤਾਂ ਨੌਜਵਾਨ ਹੈ ਜੀ ਅਜੇ ਤੱਕ ਮੈਨੂੰ ਲੱਗਦਾ 20 22 ਸਾਲ ਦੀ 24 ਸਾਲ ਦੀ ਕੁੜੀ ਜਿਹਨੂੰ ਲਈ ਫਿਰਦਾ ਸੀ ਜਿਹਦੇ ਅੰਦਰ ਇੰਨੀ ਯੋਗਤਾ ਆ ਕਿ ਅਮਰੀਕਾ ਦੀ ਜੰਮੀ ਹੋਈ ਯੰਗ ਅਟਰੈਕਟਿਵ ਕੁਛ ਕਰਨ ਵਾਲੀ ਕੁੜੀ ਨੂੰ ਉਹ ਪ੍ਰਭਾਵਿਤ ਕਰ ਸਕਦਾ ਤਾਂ ਆਪਣੇ ਮਗਰ ਲਾ ਸਕਦਾ ਉਥੋਂ ਇੰਡੀਆ ਚ ਪੰਜਾਬ ਲੈ ਆ ਸਕਦਾ ਉਹ ਉਹ ਤੁਸੀਂ ਬੇਸ਼ੱਕ ਬੱਚਾ ਵੱਡਾ ਵੀ ਆਉਦਾ ਉਹ ਜਿਹੇ ਬਹੁਤ ਕੁਝ ਕਰਨੇ ਵਾਲਾ ਆ ਉਹ ਗਿਆ ਇਹ ਸਿੱਧੂ ਮੂਸੇ ਵਾਲਾ ਗਿਆ ਜਿੱਥੇ ਤੱਕ ਉਹ ਪੰਜਾਬੀ ਗਾਇਕੀ ਨੂੰ ਲੈ ਗਿਆ ਸੀ ਪਹਿਲਾ ਪਹਿਲਾ ਪੰਜਾਬ ਦਾ ਗਾਇਕ ਹੋਇਆ ਜਿਹੜਾ ਉਸ ਪੱਧਰ ਤੇ ਲੈ ਕੇ ਗਿਆ ਉਦੇ ਮੱਪਿਆਂ ਦਾ ਹਾਲ ਦੇਖੋ ਉਹਦੇ ਆਲੇ-ਦੁਆਲੇ ਦਾ ਉਹਨੂੰ ਚੋਲੇ ਆਲੇ ਦਾ ਹਾਲ ਦੇਖੋ ਤੇ ਲਹਣਤੀਓ ਤੁਸੀਂ ਕਹਿੰਨੇ ਆ ਦੋ ਸ਼ਹੀਦ ਹੋਏ ਤਾਂ ਕੌਮ ਨੂੰ ਫਾਇਦਾ ਹੋਇਆ ਤੇ ਵੋਟਾਂ ਮਿਲ ਗਈਆਂ ਤੁਹਾਨੂੰ ਐਮਪੀ ਬਣ ਗਿਆ ਤੁਸੀਂ ਕਦੇ ਸੋਚਿਆ ਕਿਸੇ ਨੇ ਕਿ ਮਾਨ ਜਦੋਂ ਐਮਪੀ ਨਹੀਂ ਸੀਗਾ ਹਰੇਕ ਇਲੈਕਸ਼ਨ ਦੇ ਵਿੱਚ ਖਾਲਸਪਤਾਨ ਦਾ ਰੌਲਾ ਪਾ ਕੇ ਸਰਕਾਰਾਂ ਧੱਕਾ ਕਰਦੀਆਂ ਇਹ ਰੌਲਾ ਪਾ ਕੇ ਐਮਪੀ ਜਿਹੜੇ ਉੱਥੇ ਜਿਹੜੇ ਕਾਨੂੰਨ ਬਣਦੇ ਉਹ ਪਾਸ ਨਹੀਂ ਕਰ ਸਕਦੇ ਇਹ ਰੌਲਾ ਪਾ ਕੇ ਕਰੋੜਾਂ ਰੁਪਈਆ ਇਕੱਠਾ ਕਰਦਾ ਸੀ ਅੱਜ ਜਿਉ ਐਮਪੀ ਬਣ ਗਿਆ ਉੱਥੇ ਜਾ ਕੇ ਕੀ ਕਰੂਗਾ ਜਿਹੜੇ ਇੰਟੈਲੀਜੈਂਟ ਦੁਨੀਆ ਦੇਖਦੀ ਹੁਣੀ ਮਾਨ ਨੂੰ ਜਦੋਂ ਬਾਕੀ ਕਮਿਊਨਿਟੀਆਂ ਬਾਕੀ ਕੰਟਰੀ ਜਿਹੜੇ ਆ ਵੀ ਸਿੱਖਾਂ ਨੇ ਕਰੀਮ ਕੱਢਿਆ ਜਾਨੀ ਆ ਮਿਲਿਆ